ਉਹ ਟੁੱਟਿਆਂ ਦਿਲਾਂ ਦੀ ਸਦਾ ਜਾਣਦਾ ਏ। ਤਵੱਜੋ ਮੇਰੇ ਵੱਲ, ਉਹ ਟੁੱਟਿਆਂ ਦਿਲਾਂ ਦੀ ਸਦਾ ਜਾਣਦਾ ਏ, ਮੇਰਾ ਹੱਲ ਮੇਰਾ ਖੁਦਾ ਜਾਣਦਾ ਏ। ਉਹ ਟੁੱਟਿਆਂ ਦਿਲਾਂ ਦੀ ਸਦਾ ਜਾਣਦਾ ਏ, ਮੇਰਾ ਹੱਲ ਮੇਰਾ ਖੁਦਾ ਜਾਣਦਾ ਏ। ਇਹ ਦੁੱਖੜੇ ਤਿਹਾਵਾਂ ਮੈਂ ਕਿਸ ਨੂੰ ਸੁਣਾਵਾਂ ਜਦੋਂ ਸਾਰਾ ਕੁਝ ਮੁਸਤਫਾ ਜਾਣਦਾ ਏ। ਇਹ ਦੁੱਖੜੇ ਤਿਹਾਵਾਂ ਮੈਂ ਕਿਸ ਨੂੰ ਵਿਖਾਵਾਂ ਜਦੋਂ ਸਾਰਾ ਕੁਝ ਮੁਸਤਫਾ ਜਾਣਦਾ ਏ। ਔਰ ਜ਼ਮਾਨੇ ਦੇ ਹੱਥੋਂ ਕਦੀ ਵੀ ਨਹੀਂ ਮਰਦਾ ਜਿਹਨੂੰ ਮੇਰਾ ਆਕਾ ਬਚਾ ਜਾਣਦਾ ਏ। ਔਰ ਮਦੀਨੇ ਮੇਰੀ ਹਾਜ਼ਰੀ ਏ ਯਕੀਨੀ, ਮੇਰਾ ਇਸ਼ਕ ਤੈਬਾ ਦਾ ਰਾਹ ਜਾਣਦਾ ਏ। ਕਿਵੇਂ ਆਸ ਤੋੜੇ ਤੁਹਾਡੀ ਸੋਹਣਾ, ਕਿਵੇਂ ਆਸ ਮੇਰੇ ਕਿਵੇਂ ਆਸ ਤੋੜੇ ਮੇਰੀ ਸੋਹਣਾ, ਜੋ ਸੁੱਕੀਆਂ ਖਜੂਰਾਂ ਉਗਾ ਜਾਣਦਾ ਏ। ਕਿਵੇਂ ਆਸ ਤੋੜੇ ਤੁਹਾਡੀ ਸੋਹਣਾ, ਕਿਵੇਂ ਆਸ ਤੋੜੇ ਮੇਰੀ ਸੋਹਣਾ, ਜੋ ਸੁੱਕੀਆਂ ਖਜੂਰਾਂ ਉਗਾ ਜਾਣਦਾ ਏ। ਕਿਉਂਕਿ ਜਿਸ ਥਾਂ ਤੇ ਜ਼ਿਕਰ ਹਜ਼ੂਰ ਦਾ ਨਾਂ ਹੋਵੇ, ਝੁੱਗਾ ਉਹ ਆਬਾਦ ਨਹੀਂ ਹੋ ਸਕਦਾ। ਜਿਹੜੇ ਸੀਨੇ ਵਿੱਚ ਆਪ ਆਬਾਦ ਹੋਵਨ, ਸੀਨਾ ਉਹ ਨਾਸ਼ਾਦ ਨਹੀਂ ਹੋ ਸਕਦਾ। ਤੇ ਨਸੇ ਦੂਰ ਜਿਹੜਾ ਗਮਖਾਰ ਕੋਲੋਂ, ਗਮਾਂ ਕੋਲੋਂ ਆਜ਼ਾਦ ਨਹੀਂ ਹੋ ਸਕਦਾ। ਮਹਿਫਲ ਸਜਦੀ ਏ ਆਸ਼ਿਕਾਂ ਵੱਲ, ਅਜਮਲ ਗੈਰਾਂ ਵੱਲ ਨਹੀਂ ਹੋ ਸਕਦਾ। ਮਹਿਫਲ ਸਜਦੀ ਏ ਆਸ਼ਿਕਾਂ ਵੱਲ, ਅਜਮਲ ਗੈਰਾਂ ਵੱਲ ਮਿਲਾਦ ਨਹੀਂ ਹੋ ਸਕਦਾ। ਬਹੁਤ ਬਿਹਤਰੀਨ ਨੁਸਖਾ। ਜਦੋਂ ਕੋਈ ਟੈਨਸ਼ਨ ਹੋਵੇ ਨਾ, ਪਰੇਸ਼ਾਨੀ ਹੋਵੇ, ਇਹ ਨਹੀਂ ਵੀ ਜ਼ਰੂਰੀ ਕੋਈ ਬੰਦਾ ਵੱਡਾ ਮਿਲਾਦ ਕਰਾਵੇ, ਦੇਗਾਂ ਪਕਾਵੇ ਤਾਂ ਤਾਂ ਮਿਲਾਦ ਹੁੰਦਾ। ਤੂੰ ਘਰ ਬਹਿ ਕੇ ਨਾ ਮੁਹੱਬਤ ਨਾਲ ਇੱਕ ਵਾਰੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਤੇ ਦਰੂਦ ਪਾਕ ਵੀ ਖੁਸ਼ ਹੋ ਕੇ ਪੜ੍ਹ ਲੈ ਵੀ ਮਿਲਾਦ ਹੀ ਮਿਲਾਦ। ਹੈਂਜੀ, ਤੇ ਸ਼ਾਇਰ ਕੀ ਲਿਖਦਾ ਕਿ ਪਰੇਸ਼ਾਨੀ ਜਦੋਂ ਆਵੇ, ਪਰੇਸ਼ਾਨੀ ਜਦੋਂ ਆਵੇ ਉਦੋਂ ਮਿਲਾਦ ਕੀਤਾ ਕਰ। ਉਹ ਝੱਲਿਆ ਜ਼ਮਾਨੇ ਤੈਨੂੰ ਕੀ ਦੇਣਾ, ਨਬੀ ਨੂੰ ਯਾਦ ਕੀਤਾ ਕਰ। ਔਰ ਉਦਾਸ ਨਾ ਹੋ ਨਬੀ ਨਬੀ ਕਰ, ਨਬੀ ਕਾ ਚਰਚਾ ਗਲੀ ਗਲੀ ਕਰ। ਜਿਸੇ ਮਿਲ ਗਿਆ ਕਮਲੀ ਵਾਲੇ ਕਾ ਦਾਮਨ, ਉਸੇ ਦੋ ਜਹਾਂ ਕਾ ਖਜ਼ਾਨਾ ਮਿਲਾ ਹੈ। ਔਰ ਭਲਾ ਬਾਗ ਜੰਨਤ ਕੋ ਵੋ ਕਿਆ ਕਰੇਗਾ, ਮਦੀਨੇ ਮੇਂ ਜਿਸਕੋ ਠਿਕਾਨਾ ਮਿਲਾ ਹੈ। ਔਰ ਕਿਸੀ ਕੋ ਜ਼ਮਾਨੇ ਕੀ ਦੌਲਤ ਮਿਲੀ ਹੈ, ਕਿਸੀ ਕੋ ਜ਼ਮਾਨੇ ਕੀ ਸ਼ੋਹਰਤ ਮਿਲੀ ਹੈ। ਹਮ ਆਪਣੇ ਮੁਕੱਦਰ ਪੇ ਕੁਰਬਾਨ ਜਾਏ, ਹਮੇ ਯਾਰ ਕਾ ਆ ਸਤਾਨਾ ਮਿਲਾ ਹੈ। ਔਰ ਅਜ਼ਾਨੇ ਦੀਏ ਜਾ, ਨਮਾਜ਼ੇ ਪੜੇ ਜਾ, ਸ਼ਬੋ ਰੋਜ਼ ਸਜਦੋਂ ਪੇ ਸਜਦੇ ਕੀਏ ਜਾ। ਅਜ਼ਾਨੇ ਉਸੀ ਕੀ, ਨਮਾਜ਼ੇ ਉਸੀ ਕੀ, ਜਿਸੇ ਪੰਜ ਤਨਖਾ ਘਰਾਨਾ ਮਿਲਾ ਹੈ। ਅਜ਼ਾਨੇ ਉਸੀ ਕੀ, ਨਮਾਜ਼ੇ ਉਸੀ ਕੀ, ਜਿਸੇ ਪੰਜ ਤਨਖਾ ਘਰਾਨਾ ਮਿਲਾ ਹੈ। ਔਰ ਕਿਬਲਾ ਅਲਾਮਾ ਸਾਹਿਬ ਵੀ ਮਾਸ਼ਾਅੱਲਾ ਕਰੀਬ ਪਹੁੰਚ ਚੁੱਕੇ ਨੇ, ਕਹਿ ਰਹੇ ਨੇ ਕਿ 10-15 ਮਿੰਟ ਦੇ ਵਿੱਚ ਉਹਨਾਂ ਇੱਥੇ ਪਹੁੰਚਣਾ। ਉਸ ਤੋਂ ਪਹਿਲੇ ਪਹਿਲੇ ਜਿਹੜੇ ਤੁਹਾਡੇ ਨਾਥ ਖਾਨ ਨੇ ਉਹਨਾਂ ਨੂੰ ਮੁਕੰਮਲ ਕਰੋ। ਅਰਸਲਾਨ ਨੰਨਾ ਮੁੰਨਾ ਸਨਾ ਖਾਨ ਆਉਂਦੇ ਨੇ ਔਰ ਸਾਨੂੰ ਹਜ਼ੂਰ ਦੀ ਨਾ ਸੁਣਾਉਂਦੇ।